ਹੋਰ ਬਾਈ ਕੀ ਹਾਲ ਚਾਲ ਸਾਰਿਆਂ ਦਾ। ਅਤੇ ਅੱਜ ਆਪਾਂ ਲੈ ਕੇ ਆ ਗਏ ਹਾਂ ਨਵਾਂ ਗੇਮ ਪਲੇ ਫੋਰਜਾ ਹੋਰਜਨ 5 ਦਾ। ਅਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਇਹ ਗੱਡੀ ਕੱਲ੍ਹ ਮੋਡੀਫਾਈ ਕੀਤੀ ਸੀ, ਅਤੇ ਇਹਦੇ 'ਚ ਆਪਾਂ ਲਾਈਵ ਵੀਲ ਤੋਂ ਲੈ ਕੇ ਪੇਂਟ ਤੋਂ ਲੈ ਕੇ ਟੂ ਜੈੱਡ ਚੇਂਜ ਕਰਤਾ ਸਾਰਾ ਕੁਛ, ਕਿਉਂਕਿ ਜਦੋਂ ਇਹਦੀ ਪਹਿਲੀ ਵਾਰ ਟੈਸਟਿੰਗ ਲਈ ਸੀ ਅਤੇ ਗੱਡੀ ਚੜ੍ਹੀ ਨਹੀਂ ਸੀ ਆਪਣੇ ਪਹਾੜ 'ਤੇ, ਅਤੇ ਨੰਬਰ ਪਲੇਟ ਵੀ ਆਪਾਂ ਇਹਦੀ ਬਦਲ ਲਈ ਆ 65000008। ਅਤੇ ਅੱਜ ਆਪਾਂ ਦੁਬਾਰਾ ਗੱਡੀ ਟੈਸਟਿੰਗ ਕਰਨ ਲੱਗੇ ਹਾਂ। ਜਿਹਨੂੰ ਪਿਛਲੀ ਵੀਡੀਓ ਘੈਂਟ ਲੱਗੀ ਅਤੇ ਆਹ ਵੀਡੀਓ ਜਿਹੜੇ ਦੇਖ ਰਹੇ ਆ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਲੈਂਦੇ ਹਾਂ ਰੱਬ ਦਾ ਨਾਂ ਅਤੇ ਕਰਦੇ ਹਾਂ ਵੀਡੀਓ ਸ਼ੁਰੂ। ਅਤੇ ਬਾਕੀ ਚੈੱਕ ਕਰੋ ਬਾਈ ਗੱਡੀ ਦੀ ਲੁੱਕ। ਤਾਂ ਚਲੋ ਵੀ ਕਰਦੇ ਹਾਂ ਹੁਣ ਆਪਾਂ ਸ਼ੁਰੂ, ਦੇਖਦੇ ਹਾਂ ਵੀ ਚੜ੍ਹਦੀ ਹੈ ਕਿ ਨਹੀਂ। ਅਤੇ ਕਮੈਂਟ ਕਰਕੇ ਜ਼ਰੂਰ ਦੱਸੋ ਵੀ ਤੁਹਾਨੂੰ ਕੀ ਲੱਗਦਾ ਵੀ ਇਹ ਗੱਡੀ ਚੜ੍ਹ ਜੂਗੀ ਉੱਥੇ, ਪਰ ਦੇਖਦੇ ਹਾਂ। ਚਲੋ ਯਾਰ ਗੱਡੀ ਦੀ ਕੰਟਰੋਲਿੰਗ ਬਹੁਤ ਗੰਦੀ, ਪਰ ਐਂ ਲੱਗਦਾ ਜਿਵੇਂ ਇਹਦੇ ਤੋਂ ਪਾਵਰ ਨਹੀਂ ਸਹਾਰੀ ਜਾਂਦੀ ਹੁੰਦੀ। ਹੁੰਦਾ ਨਾ ਜਿਵੇਂ ਕਈ ਵਾਰ ਕਿਸੇ ਨੂੰ ਹੱਦ ਤੋਂ ਜ਼ਿਆਦਾ ਪਾਵਰ ਮਿਲ ਜਾਂਦੀ ਹੈ, ਉਹ ਹਿਸਾਬ ਮੈਨੂੰ ਇਹ ਗੱਡੀ ਦਾ ਲੱਗੀ ਜਾਂਦਾ। ਯਾਰ ਨੰਬਰ ਪਲੇਟ ਟੁੱਟ ਗਈ ਆਪਣੀ, ਇਹ ਕੰਮ ਗਲਤ ਹੋ ਗਿਆ, ਪਰ ਚਲੋ ਕੋਈ ਨਾ ਆਪਾਂ ਦੇਖਦੇ ਹਾਂ। ਹੁਣ ਨੰਬਰ ਪਲੇਟ ਤਾਂ ਇਹਨੇ ਤੋੜਤੀ ਹੈ ਵੀ ਜੇ ਹਜੇ ਵੀ ਨਾ ਚੜ੍ਹੀ ਨਾ। ਗੱਡੀ ਦਾ ਵੇਟ ਬਹੁਤ ਵੱਧ ਗਿਆ, ਪਰ ਨਹੀਂ ਯਾਰ ਹੋਰ ਹੀ ਲੱਛਣ ਜੇ ਕਰੀ ਜਾਂਦੀ ਹੈ ਗੱਡੀ, ਕੰਟਰੋਲ ਹੀ ਨਹੀਂ ਹੋ ਰਹੀ। 4x4 ਨਹੀਂ ਨਾ ਹੋਈ ਯਾਰ ਇਹ। ਮਾੜਾ ਜਿਹਾ ਸਟੀਅਰਿੰਗ ਕਰੇ ਤਾਂ ਨਾਲ ਹੀ ਗੱਡੀ ਘੁੱਗ ਜਾਂਦੀ ਹੈ। ਮੈਨੂੰ ਨਹੀਂ ਲੱਗਦਾ ਗੱਡੀ ਚੜ੍ਹੂਗੀ ਹਜੇ ਵੀ। ਪਰ ਦੇਖਦੇ ਹਾਂ ਜੇ ਕੋਸ਼ਿਸ਼ ਕਰਕੇ ਚੜ੍ਹ ਜਾਵੇ ਤਾਂ। ਬਾਕੀ ਵੀ ਤੁਹਾਨੂੰ ਕੀ ਲੱਗਦਾ ਯਾਰ ਚੜ੍ਹ ਜੂਗੀ, ਹਾਂ ਜਾਂ ਨਾ, ਯੈਸ ਔਰ ਨੋ ਜ਼ਰੂਰ ਲਿਖੋ ਕਮੈਂਟਾਂ 'ਚ। ਮੈਨੂੰ ਆਮ ਲੱਗੀ ਜਾਂਦਾ ਯਾਰ ਵੀ ਗੱਡੀ ਰੌਲਾ ਵਾਲਾ ਪਾਉਂਦੀ ਆ, ਪਰ ਉਹਨਾਂ ਜ਼ੋਰ ਨਹੀਂ ਦਿਖਾਉਂਦੀ। ਨਹੀਂ ਬਾਈ ਨਹੀਂ, ਨਹੀਂ ਚੜ੍ਹਦੀ ਬਾਈ ਗੱਡੀ, ਮੈਨੂੰ ਲਾ ਚੜੂਗੀ। ਨਹੀਂ ਬਈ ਬਹੁਤ ਜ਼ੋਰ ਲਈ ਜਾਂਦੀ ਹੈ। ਚਲੋ ਇੱਥੋਂ ਤਾਂ ਇਹਨੇ ਕਰਾ ਲਈ ਜਿਹੜੀ ਲਾਹ ਪਾ ਕਰਾਉਣੀ ਸੀ ਆਪਦੀ, ਅਤੇ ਹੁਣ ਆਪਾਂ ਇਹਦੀਆਂ ਹੋਰ ਛਾਲਾ ਛੂਲਾ ਮਰਾ ਕੇ ਦੇਖ ਲਈਏ ਵੀ ਆਪ ਝੂ ਕੇ ਵੀ ਹੋਰ ਕਿੰਨੀ ਕੁ ਭਜਦੀ ਅੱਗੇ ਨਾਲ। ਪਰ ਬਈ ਯਾਰ ਵੇਟ ਬਹੁਤ ਵੱਧ ਗਿਆ, ਪੱਥਰ ਪੁੱਥਰ ਚਲਾ ਕੇ ਉਵੇਂ ਮਰੀ ਜਾਂਦੀ ਆ। ਪਰ ਹੈਂਡਲਿੰਗ ਨਹੀਂ ਸਹੀ ਹੈਗੀ ਸ਼ਾਇਦ, ਉਹ ਆਪਾਂ ਨੂੰ ਸੈੱਟ ਕਰਾਉਣੀ ਪੈਣੀ ਆ। ਇੰਨੇ ਪੈਸੇ ਲੱਗ ਗਏ ਬਾਈ 1,00,000 ਰੁਪਈਆ, ਪਰ ਫਿਰ ਵੀ ਇੰਨੇ 'ਚ ਤਾਂ ਮੈਨੂੰ ਲੱਗਦਾ ਆਪਾਂ ਮਸਟੈਂਗ ਲੈ ਲੈਣੀ ਸੀਗੀ। ਨਹੀਂ ਯਾਰ ਬਾਈ ਗੱਡੀ ਦੀ ਜ਼ਿਆਦਾ ਪਾਵਰ ਹੋ ਗਈ, ਪਰ ਗੱਡੀ ਕੰਟਰੋਲ ਨਹੀਂ ਕਰਦੀ। ਸਹੀ ਸੀ ਉਹਨਾਂ ਨੇ ਆਪ ਉਸ ਹਿਸਾਬ ਨਾਲ ਹੀ ਗੱਡੀ ਬਣਾ ਕੇ ਦਿੱਤੀ ਆਪਾਂ ਨੂੰ।
हम माड़ा जहा नाली पी जी यार लैन नहीं यार गड्डी फेल आ वैसे इनू होर मकैनिक दिखाना पैना वा शायद यदि पावर थोड़ी बहुत ही घटानी पैनी है तो फोर बाय फोर उन्हें की नहीं पर आप पता करेंगे जो फोर बाय फोर होगी तो फिर ही वीडियो बनाने का सवाल आ यार हम बड़ा ज़्यादा खराब करता काम है तो चलो भी आप इतने खड़ाए उन्हें फार्म के क्योंकि हमने गड्डी टेस्टिंग दे लायक जमा नहीं रही गड्डी की मतलब पावर बहुत ज़्यादा पर फोर बाय फोर नहीं किया करके तुसी देखो देखो गड्डी एक दम पिछों जोर मार दी पर मूहरों हैंडलिंग नहीं गड्डी की कंट्रोल हो पाती हूँ ज्यादा आपू फोर बाय फोर करवानी पैनी किमें ना किमें तो नहीं यदि पावर घटानी पैनी है क्योंकि गड्डी नू चलाना नहीं तो बहुत औखा वा मेरे हिसाब ना हूँ माड़ी जी भी चलती नाल ही आउट ऑफ कंट्रोल हो जाती यार आप सोच के पैसे लाए थे भी चलो जो पावर बढ़ा देंगे तो गड्डी वधिया परफॉर्मेंस देगी पर काम उल्टा हो गया वो गल सही है भी रब ने हर एक हिसाब वाली पावर दी होंगी है और सीधे राह से बहुत भजी आती है चलो आप भी आपके फार्म से पहुँच गए जिमें थोड़ा पता ही है भी इन्हें हर बारी कुछ ना कुछ तोड़ना ही होंगे वा स्नैपी ने इधर खड़ा अपना मोटरसाइकिल ये ना मार दे बस ओहो चलो कोई ना बई तो गड्डी आप खड़ा दी अज की वीडियो तो करा एंड तो होर एंड एंड वीडियो देखने वास्ते चैनल सबसक्राइब कर लो तो पिछलियाँ वीडियो जो नहीं देखी जाकर जरूर देख लो तो कमेंट करके जरूर दस्यो भी हूँ कि गड्डी खरीदी है मस्टैंग जां पिक्का फोर्ड जो भी थोड़ी फरमाइश हुई आप गड्डी खरीदेंगे तो अगली वीडियो लियावेंगे वो गड्डी की तद तक लिए सत श्री अकाल अपन होर वीडियो जाकर देखो जी तो इस वीडियो देखने लिए थैंक यू सारे का।